ਅੱਜ ਦਾ ਜੋ ਹੋਣਾ 2024 ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਇੱਕ ਐਨੂਅਲ ਫੀਚਰ ਹੈ ਔਰ ਐਨੂਅਲ ਫੀਚਰ ਦੇਖਦੇ ਹੋਏ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਰ ਸਾਲ ਸਾਨੂੰ ਜੋ ਹੈ ਵੱਧ ਤੋਂ ਵੱਧ ਰਿਸਪੋਂਸ ਮਿਲ ਰਿਹਾ ਹੈ ਅਰਾਊਂਡ ਇਸ ਟਾਈਮ ਸਾਡੇ ਕੋਲ 18 ਕਾਲਜਸ ਨੇ ਪਾਰਟੀਸਿਪੇਟ ਕੀਤਾ ਹੈ ਜਦਕਿ ਕਿਸੇ ਦੇ ਕੋਈ ਨਾ ਕੋਈ ਰੀਜ਼ਨਸ ਦੇ ਬਾਵਜੂਦ ਵੀ ਸਾਡੇ ਕੋਲ ਅਰਾਊਂਡ 18 ਕਾਲਜਸ ਨੇ ਪਾਰਟੀਸਿਪੇਸ਼ਨ ਦਿੱਤਾ ਹੈ ਔਰ 4 ਹੈਡਸ ਦੇ ਅੰਡਰ ਐਕਟੀਵਿਟੀਜ਼ ਜਿੱਦਾਂ ਤੁਸੀਂ ਕਿਹਾ ਕਲਚਰਲ ਟੈਕਨੀਕਲ ਫਾਈਨ ਆਰਟਸ ਔਰ ਆਪਣਾ ਲਿਟਰੇਰੀ ਇਵੈਂਟਸ ਚੱਲ ਰਹੇ ਨੇ ਅਤੇ ਸਭ ਵਿੱਚ ਹੀ ਪਰਫੋਰਮੈਂਸ ਸਟੂਡੈਂਟਸ ਦੀ ਬਹੁਤ ਅੱਛੀ ਹੈ ਜੋ ਕਿ ਮੈਨੂੰ ਲੱਗਦਾ ਹੈ ਕਿ ਐਮਟੀ ਇੱਕ ਐਨੂਅਲ ਫੀਚਰ ਦੀ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਇੱਕ ਕੰਟਰੀਬਿਊਸ਼ਨ ਦੇ ਰਿਹਾ ਬੱਚਿਆਂ ਨੂੰ ਇੱਕ ਮੌਕਾ ਇੱਕ ਓਪਰਚੁਨਿਟੀ ਦੇ ਰਿਹਾ ਤਾਂ ਕਿ ਉਹ ਆਪਣੀ ਸਕਿੱਲਸ ਨੂੰ ਹੋਰ ਗਰੋ ਕਰ ਸਕਣ ਕਿੰਨਾ ਦਾ ਐਕਸਾਈਟਮੈਂਟ ਦੇਖੀ ਗਈ ਜਦੋਂ ਤੁਸੀਂ ਪਰਫਾਰਮ ਕਰ ਰਹੇ ਸੀ ਬਹੁਤ ਜ਼ਿਆਦਾ ਹੂਟਿੰਗ ਵੀ ਮਤਲਬ ਬਹੁਤ ਜ਼ੋਰ ਨਾਲ ਹੋਈ ਉਸ ਤੋਂ ਸਾਨੂੰ ਥੋੜ੍ਹਾ ਜਿਹਾ ਹੋਇਆ ਵੀ ਵਧੀਆ ਚੱਲ ਰਿਹਾ ਅਤੇ ਇਹ ਮੇਰਾ ਵੀ ਤਜਰਬਾ ਆ ਅਤੇ ਅੱਜ ਤੋਂ 20-25-30 ਸਾਲ ਪਹਿਲਾਂ ਜਦੋਂ ਗ੍ਰੀਨ ਰੈਵੋਲੂਸ਼ਨ ਨਹੀਂ ਸੀ ਆਇਆ 50% ਜਿਹੜੇ ਸੀ ਜਿਹੜਾ GDP ਸਾਡੇ ਮੁਲਕ ਦਾ ਉਹ ਖੇਤੀ 'ਚ ਆ ਰਿਹਾ ਸੀ ਅਸੀਂ ਹਾਲੇ ਵੀ ਬਹੁਤ ਜ਼ਿਆਦਾ ਉਹਨੇ ਕਿ ਖੇਤੀ 'ਤੇ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਡਿਪੈਂਡੈਂਟ ਹਾਂ ਅਤੇ ਪਰ ਜਿਹੜਾ ਖੇਤੀ ਤੋਂ GDP ਆ ਉਹ ਹੁਣ 1/4 ਰਹਿ ਗਿਆ 12-13% ਸਿੱਧਾ ਮਤਲਬ ਇਹ ਆ ਵੀ ਜਿੰਨੇ ਅਸੀਂ ਖੇਤੀ ਕਰਨ ਵਾਲੇ ਹਾਂ ਨਾ ਸਾਡੀ ਜਿਹੜੀ ਆਮਦਨ ਆ ਖੇਤੀ ਤੋਂ ਦੂਸਰਿਆਂ ਖੇਤਰਾਂ ਦੇ ਮੁਕਾਬਲੇ 'ਤੇ ਚੌਥਾ ਹਿੱਸਾ ਰਹਿ ਗਈ ਅਤੇ ਇਹੀ ਹੈ ਵੀ ਜਿੰਨਾ ਚਿਰ ਤੱਕ ਅਸੀਂ ਕੋਈ ਕੋਆਪਰੇਟਿਵ ਬਣਾ ਕੇ ਅਸੀਂ ਸਾਂਝੀ ਖੇਤੀ ਨਹੀਂ ਕਰਦੇ ਇਕੱਲਾ ਜਾਣਾ ਅਸੀਂ ਇੰਨੀ ਇਨਵੈਸਟਮੈਂਟ ਕਰ ਲੈਂਦੇ ਹਾਂ ਮਸ਼ੀਨਰੀ 'ਤੇ ਛੋਟੇ ਖੇਤ ਨੇ ਉਸ ਇਹਨੂੰ ਰਲ ਕੇ ਕਿਸੇ ਨਾ ਕਿਸੇ ਤਰ੍ਹਾਂ ਅਤੇ ਇਹਦੀ ਕੋਈ ਵੈਲਿਊ ਐਡੀਸ਼ਨ ਕਰੀਏ ਇਹਦੀ ਪ੍ਰੋਸੈਸ ਕਰੀਏ ਅਤੇ ਤਾਂ ਫਾਇਦਾ ਅਤੇ ਇਕੱਲੇ ਕਰਕੇ ਇੱਦਾਂ ਉਹ ਗੁਜ਼ਾਰਾ ਨਹੀਂ ਹੋਣਾ ਸਾਡਾ ਜੀ ਬਹੁਤ ਬਹੁਤ ਸ਼ੁਕਰੀਆ ਸਰ ਸੋ ਦੋਸਤੋ ਦੇਖਿਆ ਕਿਸ ਤਰ੍ਹਾਂ ਸਰ ਨੇ ਦੱਸਿਆ ਕਿ ਜਿਹੜੀ ਨਵੀਂ ਟੈਕਨੀਕ ਹੈ ਸਾਇੰਸ ਹੈ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸਮੇਂ ਦੀ ਜਿਹੜੀ ਘਾਟ ਹੈਗੀ ਹੈ ਉਹ ਵੀ ਜਿਹੜਾ ਹੈ ਹੋਵੇਗੀ ਉਸ ਦੇ ਨਾਲ ਨਾਲ ਜਿਹੜਾ ਕਿਸਾਨ ਵੀਰਾਂ ਨੂੰ ਉਸਦਾ ਫਾਇਦਾ ਹੋਏਗਾ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਕਿ KIMT ਦੀ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੁਣ 2024 ਜਿਹੜਾ ਕਰਵਾਇਆ ਜਾ ਰਿਹਾ ਬਹੁਤ ਸਾਰੀ ਐਕਟੀਵਿਟੀਜ਼ ਜਿਹੜੀਆਂ ਨੇ ਅੱਜ ਕਾਲਜ ਕੀਤੀਆਂ ਜਾ ਰਹੀਆਂ ਨੇ ਕਲਚਰ ਐਕਟੀਵਿਟੀ ਪੇਂਟਿੰਗ ਹੋ ਗਈ ਔਰ ਬਹੁਤ ਹੋਰ ਕੀ ਐਕਟੀਵਿਟੀਜ਼ ਆ ਰਹੀਆਂ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਹਰਪ੍ਰੀਤ ਮੈਮ ਜੋ ਕਿ ਪ੍ਰਿੰਸੀਪਲ ਨੇ ਤਾਂ ਜਾਣਦੇ ਹਾਂ ਕਿਸ ਪ੍ਰਕਾਰ ਦੀ ਐਕਟੀਵਿਟੀਜ਼ ਕੀਤੀ ਜਾ ਰਹੀਆਂ ਕਿੱਦਾਂ ਦੀ ਤਿਆਰੀਆਂ ਕਿੰਨੇ ਕਾਲਜ ਨੇ ਜਿਹੜਾ ਇਸ ਹੁਨਰ ਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਔਫਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਥੈਂਕ ਯੂ ਤੁਸੀਂ ਜੋ ਹੈ ਸਟੂਡੈਂਟਸ ਨੂੰ ਮੋਟੀਵੇਟ ਕਰਨ ਲਈ ਉਹਨੂੰ ਕਵਰ ਕਰ ਰਹੇ ਹੋ ਅਤੇ ਇਹਦੇ ਨਾਲ ਹੀ ਸਟੂਡੈਂਟਸ ਦਾ ਉਤਸ਼ਾਹ ਵੱਧਦਾ ਹੈ ਕਿ ਠੀਕ ਹੈ ਉਹਨਾਂ ਨੇ ਐਕਟੀਵਿਟੀਜ਼ ਪਾਰਟੀਸਪੇਟ ਕੀਤਾ ਉਹ ਸਭ ਦੇ ਤੁਸੀਂ ਰੂਬਰੂ ਕਰਾ ਰਹੇ ਹੋ ਉਹਨੂੰ ਅਤੇ ਆਪਣਾ ਅੱਜ ਦਾ ਜੋ ਹੋਣਾ 2024 ਜਿੱਦਾਂ ਤੁਸੀਂ ਖੁਦ ਹੀ ਕਿਹਾ ਕਿ ਇੱਕ ਐਨੂਅਲ ਫੀਚਰ ਹੈ ਔਰ ਐਨੂਅਲ ਫੀਚਰ ਦੇਖਦੇ ਹੋਏ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਰ ਸਾਲ ਸਾਨੂੰ ਜੋ ਹੈ ਵੱਧ ਤੋਂ ਵੱਧ ਰਿਸਪੋਂਸ ਮਿਲ ਰਿਹਾ ਹੈ ਅਰਾਊਂਡ ਇਸ ਟਾਈਮ ਸਾਡੇ ਕੋਲ 18 ਕਾਲਜਸ ਨੇ ਪਾਰਟੀਸਿਪੇਟ ਕੀਤਾ ਹੈ ਜਦਕਿ ਕਿਸੇ ਦੇ ਕੋਈ ਨਾ ਕੋਈ ਰੀਜ਼ਨਸ ਦੇ ਬਾਵਜੂਦ ਵੀ ਸਾਡੇ ਕੋਲ ਅਰਾਊਂਡ 18 ਕਾਲਜਸ ਨੇ ਪਾਰਟੀਸਿਪੇਸ਼ਨ ਦਿੱਤਾ ਹੈ ਔਰ 4 ਹੈਡਸ ਦੇ ਅੰਡਰ ਐਕਟੀਵਿਟੀਜ਼ ਜਿੱਦਾਂ ਤੁਸੀਂ ਕਿਹਾ ਕਲਚਰਲ ਟੈਕਨੀਕਲ ਫਾਈਨ ਆਰਟਸ ਔਰ ਆਪਣਾ ਲਿਟਰੇਰੀ ਇਵੈਂਟਸ ਚੱਲ ਰਹੇ ਨੇ ਅਤੇ ਸਭ ਵਿੱਚ ਹੀ ਪਰਫੋਰਮੈਂਸ ਸਟੂਡੈਂਟਸ ਦੀ ਬਹੁਤ ਅੱਛੀ ਹੈ ਔਰ ਜੋ ਅੱਜ ਗੈਸਟ ਆਏ ਉਹ ਆਏ ਸੀਗੇ ਸਾਡੇ ਚੀਫ ਗੈਸਟ ਰਹੇ ਨੇ ਮਿਸਿਸ ਮ੍ਰਿਦੁਲਾ ਜੈਨ ਸ਼ਿੰਗੋਰਾ ਟੈਕਸਟਾਈਲ ਲਿਮਿਟਡ ਦੇ ਮੈਮ ਚੇਅਰਪਰਸਨ ਨੇ ਜੋ ਕਿ ਇੱਕ ਰਿਨੋਨਡ ਪਰਸਨੈਲਿਟੀ ਨੇ ਉਹਨਾਂ ਨੇ ਵੀ ਅੱਜ ਬੱਚਿਆਂ ਨੂੰ ਆ ਕੇ ਜੋ ਹੈ ਬਲੈਸਿੰਗਸ ਦਿੱਤੀ ਔਰ ਫੰਕਸ਼ਨ ਦੇਖ ਕੇ ਉਹਨਾਂ ਨੇ ਵੀ ਬੜੀ ਖੁਸ਼ੀ ਜ਼ਾਹਿਰ ਕੀਤੀ ਕਿ ਬੱਚਿਆਂ ਨੂੰ ਹੁਨਰ ਦੇ ਨਾਲ ਇੱਕ ਪਲੈਟਫਾਰਮ ਮਿਲਦਾ ਹੈ ਜਿਹਦੇ 'ਤੇ ਉਹ ਆਪਣਾ ਸ਼ੋਕੇਸ ਕਰ ਸਕਦੇ ਟੈਲੈਂਟ ਆਪਣੀ ਸਕਿੱਲਸ ਅਤੇ ਬੜਾ ਹੀ ਅੱਛਾ ਰਿਸਪੋਂਸ ਆਇਆ ਨਾਲ ਇਸੇ ਤਰ੍ਹਾਂ ਡਿਸਟਿੰਗੁਇਸ਼ ਗੈਸਟ ਸੀ ਵਿਸ਼ਾਲ ਗਰਗ ਜੀ ਸੀਗੇ ਉਹਨਾਂ ਨੇ ਵੀ ਸਟੂਡੈਂਟਸ ਨੂੰ ਬਹੁਤ ਅੱਛਾ ਮੈਸੇਜ ਦਿੱਤਾ ਕਿ ਇਸੇ ਤਰ੍ਹਾਂ ਪਾਰਟੀਸਿਪੇਟ ਕਰਦੇ ਰਹੋ ਔਰ ਗਰੋ ਕਰਦੇ ਰਹੋ ਕਿਉਂਕਿ ਔਰ ਸਾਡੇ ਇੱਕ ਗੈਸਟ ਆਫ ਆਨਰ ਵੀ ਸੀਗੇ ਮਿਸਿਸ ਅਨੂ ਬਾਲਾ ਜੀ ਉਹ SN ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਵੀ ਸਟੂਡੈਂਟਸ ਨੂੰ ਇਹੀ ਸਾਰਿਆਂ ਦਾ ਮੈਸੇਜ ਸੀਗਾ ਕਲੈਕਟਿਵ ਕਿ ਸਟੂਡੈਂਟਸ ਦੀ ਹੋਲਿਸਟਿਕ ਡਿਵੈਲਪਮੈਂਟ ਲਈ ਇਸ ਤਰੀਕੇ ਦੇ ਇਵੈਂਟਸ ਹੋਣੇ ਜ਼ਰੂਰੀ ਨੇ ਜੋ ਕਿ ਮੈਨੂੰ ਲੱਗਦਾ
ਲੱਗਦਾ ਹੈ ਕਿ ਐਮਟੀ ਇੱਕ ਐਨੂਅਲ ਫੀਚਰ ਦੀ ਤਰ੍ਹਾਂ ਕਰਕੇ ਥੋੜਾ ਜਿਹਾ ਇੱਕ ਕੰਟਰੀਬਿਊਸ਼ਨ ਦੇ ਰਿਹਾ ਹੈ ਬੱਚਿਆਂ ਨੂੰ, ਇੱਕ ਮੌਕਾ ਇੱਕ ਓਪਰਚੁਨਿਟੀ ਦੇ ਰਿਹਾ ਹੈ ਤਾਂ ਕਿ ਉਹ ਆਪਣੀ ਸਕਿੱਲਸ ਨੂੰ ਹੋਰ ਗਰੋ ਕਰ ਸਕਣ। ਔਰ ਦੇਖ ਰਹੇ ਹਾਂ ਕਿ ਹਰ ਸਾਲ ਜੋ ਹੈ ਬੱਚਿਆਂ ਦੀ ਪਰਫੋਰਮੈਂਸਿਸ ਹੋਰ ਰਿਫਾਈਨਡ, ਹੋਰ ਇੰਪਰੂਵਡ, ਹੋਰ ਹੀ ਪੋਲਿਸ਼ ਹੋ ਰਹੀਆਂ ਉਹਨਾਂ ਦੀਆਂ ਸਕਿੱਲਸ, ਕਿਉਂਕਿ ਇਸ ਤਰੀਕੇ ਦੀ ਓਪਰਚੁਨਿਟੀਜ਼ ਉਹਨਾਂ ਨੂੰ ਮਿਲ ਰਹੀਆਂ ਨੇ। ਕੀ ਨਾਮ ਤੁਹਾਡਾ? ਚੰਦਨ ਜੋਤ। ਕਿਹੜੇ ਕਾਲਜ ਤੋਂ ਆਏ? ਬਨਾਨਾ ਗਰਲਸ ਕਾਲਜ। ਕਿੱਦਾਂ ਦੀ ਪਰਫੋਰਮੈਂਸ ਰਹੀ ਅੱਜ ਇੱਥੇ? ਪਰਫੋਰਮੈਂਸ ਵਧੀਆ ਰਹੀ, 100% ਦਿੱਤਾ ਸੀ ਆਪਣਾ। ਕੀ ਤੁਸੀਂ ਪੇਸ਼ ਕੀਤਾ ਇਸ ਸਟੇਜ ਤੇ? ਸੰਮੀ ਫੋਕ ਡਾਂਸ। ਫੋਕ ਡਾਂਸ ਕੀਤਾ? ਹਾਂਜੀ। ਠੀਕ ਹੈ, ਕੀ ਨਾਮ ਤੁਹਾਡਾ? ਹਰਮਨਦੀਪ ਕੌਰ। ਕਿੰਨਾ ਦਾ ਐਕਸਾਈਟਮੈਂਟ ਦੇਖੀ ਗਈ ਜਦੋਂ ਤੁਸੀਂ ਪਰਫਾਰਮ ਕਰ ਰਹੇ ਸੀ? ਬਹੁਤ ਜ਼ਿਆਦਾ ਹੂਟਿੰਗ ਵੀ, ਮਤਲਬ ਬਹੁਤ ਜ਼ੋਰ ਨਾਲ ਹੋਈ, ਉਸ ਤੋਂ ਸਾਨੂੰ ਥੋੜ੍ਹਾ ਜਿਹਾ ਹੋਇਆ ਵੀ ਵਧੀਆ ਚੱਲ ਰਿਹਾ। ਕੀ ਹੋ ਰਿਹਾ ਇੱਥੇ ਕਾਲਜ 'ਚ? ਕਾਲਜ 'ਚ ਫੰਕਸ਼ਨਸ ਹੋ ਰਹੇ ਨੇ ਕਾਫੀ, ਮਤਲਬ ਤਰ੍ਹਾਂ ਤਰ੍ਹਾਂ ਦੇ ਆਈਟਮਾਂ ਲੈ ਕੇ ਆ ਰਹੇ ਨੇ, ਗਿੱਧੇ ਆ, ਫੋਕ ਡਾਂਸ ਨੇ, ਹੋਰ ਵੀ ਗਰੁੱਪ ਡਾਂਸ ਨੇ ਜਿਹਦੇ ਨਾਲ ਭਰਪੂਰ ਉਹ ਹੋ ਰਹੇ ਆ। ਠੀਕ ਹੈ ਮੈਮ, ਕੀ ਕਹਿਣਾ ਚਾਹੋਗੀ? ਨਾ ਬਸ ਸਾਰੇ ਬੱਚੇ ਅੱਛਾ ਕਰ ਰਹੇ ਹੈ, ਹੋਪਸੋ ਜਿਹੜਾ ਬੈਸਟ ਹੈ, ਬੱਚਾ ਮਿਹਨਤ ਕਰ ਰਿਹਾ, ਬਸ ਉਹਨੂੰ ਫਲ ਮਿਲੇ ਆਪਣਾ। ਬਿਲਕੁਲ ਹਾਂਜੀ। ਮੇਰਾ ਨਾਮ ਸੁਰਲੀਨ ਕੌਰ ਹੈ, ਗੁਰੂ ਨਾਨਕ ਗਰਲਸ ਕਾਲਜ ਤੋਂ ਆਏ ਹਾਂ। ਮਿਹਨਤ ਸਾਰੀ ਟੀਮਾਂ ਨੇ ਕੀਤੀ, ਹੁਣ ਦੇਖੋ ਜਿਹਦੀ ਜੱਜਸ ਨੂੰ ਵਧੀਆ ਲੱਗੇ ਮਿਹਨਤ ਉਹ ਫਸਟ, ਬਾਕੀ ਤਾਂ ਸਾਰੇ ਪਾਰਟੀਸਪੇਸ਼ਨ ਜ਼ਿਆਦਾ ਜ਼ਰੂਰੀ ਹੈ। ਕੀ ਸੁਣਾਓਗੇ ਤੁਸੀਂ? ਗਾਣਾ ਹੀ ਸੰਮੀ ਸੰਮੀ ਕੋਈ ਬੋਲੀ ਹੋਏ ਨਿੰਮਾ ਨਿੰਮਾ ਵਿੱਚ ਗਜਲੇ ਦੀ ਤਾਰੀ ਸੁਰਮਾ ਨਿੰਮਾ ਨਿੰਮਾ ਨੈਣਾ ਦੀਆਂ ਗੱਲ ਸਮਝਾ ਕੇ ਦਿਲ ਮੇਰੇ ਨੂੰ ਮੋ ਗਿਆ ਜਿਉਂਦਾ ਰਵੇ ਉਹ ਲੱਖ ਵਾਰੀ ਜਿਹੜਾ ਲਾ ਕੇ ਮੁਹੱਬਤਾਂ ਤੋੜ ਗਿਆ ਮੁੱਖੜੇ ਤੇ ਕਾਲਾ ਕਾਲਾ ਤਿਲ ਵੇ ਸਾਡਾ ਲੁੱਟ ਕੇ ਲੈ ਗਿਆ ਦਿਲ ਵੇ ਢੋਲਾ ਲੰਮੇ ਦਿਆ ਢੋਲਾ ਪਾਰ ਦਿਆ ਢੋਲਾ ਲੰਮੇ ਦਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਕਿਰਨਦੀਪ ਕੌਰ ਚੀਮਾ। ਕਿੱਦਾਂ ਲੱਗ ਰਿਹਾ ਜਿਹੜਾ ਹੁਨਰ ਫੈਸਲਾ? ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਨੂੰ ਇੱਥੇ ਕਲਾਰਾ ਇੰਟਰਨੈਸ਼ਨਲ ਸਥੈਟਿਕ ਕਾਲਜ ਲੁਧਿਆਣਾ ਨੂੰ ਹੁਨਰ ਫੰਕਸ਼ਨ 'ਚ ਆਉਣ ਦਾ ਮੌਕਾ ਮਿਲਿਆ ਹੈ। ਬਹੁਤ ਅੱਛਾ ਬੱਚੇ ਕਰ ਰਹੇ ਆ ਔਰ ਅਸੀਂ ਵੀ ਇੱਥੇ ਪਾਰਟੀਸਪੇਟ ਕੀਤਾ, ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਪੋਜ਼ਿਟਿਵ ਰਿਸਪੋਂਸ ਮਿਲ ਰਿਹਾ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਸੰਜੇ ਦੇ ਨਾਲ ਹਰਦੀਪ ਦੁਆਨੀ ਦੀ ਇਜਾਜ਼ਤ, ਧੰਨਵਾਦ, ਜੁੜੇ ਰਹੋ ਲੁਧਿਆਣਾ ਲਾਈਵ ਦੇ।